ਭਾਰਤ ਦੇ ਚੀਫ ਜਸਟਿਸ ਡਾਕਟਰ ਡੀਵਾਈ ਚੰਦਰਚੂੜ ਅਤੇ ਲਖਨਊ ਸਥਿਤ ਡਾਕਟਰ ਰਾਮ ਬਲੋਈਆ ਨੈਸ਼ਨਲ ਲਾ ਯੂਨੀਵਰਸਿਟੀ ਦੇ ਕਾਨਵੋਕੇਸ਼ਨ ਸਮਾਗਮ 'ਚ ਕਾਨੂੰਨ ਦੀ ਪੜ੍ਹਾਈ ਖੇਤਰੀ ਭਾਸ਼ਾਵਾਂ 'ਚ ਕਰਾਉਣ ਤੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਉਹ ਅਕਸਰ ਦੇਸ਼ ਦੇ ਸਾਰੇ ਸਿੱਖਿਆ ਸ਼ਾਸਤਰੀਆਂ ਨਾਲ ਚਰਚਾ ਕਰਦੇ ਨੇ ਕਿ ਕਿਵੇਂ ਕਾਨੂੰਨ ਦੀ ਪੜ੍ਹਾਈ ਸਰਲ ਭਾਸ਼ਾ ਵਿੱਚ ਪੜ੍ਹਾਈ ਜਾ ਸਕੇ ਜੇ ਅਸੀਂ ਆਮ ਲੋਕਾਂ ਨੂੰ ਸਰਲ ਭਾਸ਼ਾ ਵਿੱਚ ਕਾਨੂੰਨ ਦੇ ਸਿਧਾਂਤ ਨਹੀਂ ਸਮਝਾ ਪਾਉਂਦੇ ਤਾਂ ਇਹ ਕਾਨੂੰਨੀ ਪੇਸ਼ੇ ਅਤੇ ਕਾਨੂੰਨੀ ਸਿੱਖਿਆ ਦੀ ਘਾਟ ਨੂੰ ਦਰਸਾਉਂਦਾ ਹੈ ਡਾਕਟਰ ਡੀ ਬਾਈ ਚੰਦਰ ਚੂੜ ਨੇ ਕਿਹਾ ਕਿ ਕਾਨੂੰਨ ਪੜਾਉਣ ਦੀ ਪ੍ਰਕਿਰਿਆ ਵਿੱਚ ਸਾਨੂੰ ਖੇਤਰੀ ਭਾਸ਼ਾਵਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ